जो वीरो वे मूवी चल रही है थिएटरां दे विच ते ओदे नाना जी मेरे नाल ने ते इस टाइम गलबात करदे आ आपां जो वीरो वे ते मूवी दे नाना जी दे नाल ते जानदे आ उहनां दा सुभा उहनां दी रियल लाइफ उहनां दी रील लाइफ ते होर भी बहुत सारियां खट्टियां मिठियां गल्लां दे नाल मेरा मकसद है जी तुहानूं मिलाउण दा अज सवराज संधू जी दे नाल। सति श्री अकाल जी, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸੈੱਟ 'ਤੇ ਟਾਈਮ ਦਿੱਤਾ, ਬਹੁਤ ਬਹੁਤ ਧੰਨਵਾਦ। ਤੁਹਾਡੀ ਮੂਵੀ ਚੱਲ ਰਹੀ ਹੈ ਆਪਾਂ ਜੋ ਵੀ ਰੋਵੇ ਔਰ ਬਹੁਤ ਹੀ ਖੂਬਸੂਰਤ ਰਿਸਪੋਂਸ ਹੈ ਇਸ ਮੂਵੀ ਦਾ, ਕੀ ਕਹਿਣਾ ਚਾਹੋਗੇ ਆਪਣੇ ਫਿਲਮੀ ਸਫ਼ਰ ਦੇ ਬਾਰੇ ਦੇ ਵਿੱਚ? ਮੇਰਾ ਫਿਲਮੀ ਸਫ਼ਰ ਮੈਂ ਸਮਝਦਾ ਵਾਂ ਬੜਾ ਖੂਬਸੂਰਤ ਰਿਹਾ ਔਰ ਬੜਾ ਖੂਬਸੂਰਤੀ ਨਾਲ ਚੱਲ ਰਿਹਾ। ਮੈਂ ਆਲਮੋਸਟ 73 ਦੇ ਵਿੱਚ ਮੈਂ ਟੈਗੋਰ ਥੀਏਟਰ ਚੰਡੀਗੜ੍ਹ 'ਚ ਪਹਿਲਾਂ ਪਲੇ ਕੀਤਾ ਸੀ ਅਧੂਰਾ ਗੀਤ, ਔਰ ਉਸ ਤੋਂ ਬਾਅਦ ਮੈਂ ਲਗਾਤਾਰ ਚੰਡੀਗੜ੍ਹ ਦੇ ਥੀਏਟਰ ਦੇ ਵਿੱਚ ਸਰਗਰਮ ਰਿਹਾ ਔਰ ਉਹਦੇ ਨਾਲ ਸੰਬੰਧਿਤ ਦਿੱਲੀ, ਕਲਕੱਤਾ, ਮਦਰਾਸ, ਇੱਧਰ ਉੱਧਰ ਅਸੀਂ ਬਹੁਤ ਸਾਰੇ ਸ਼ੋਅਜ਼ ਕੀਤੇ ਲਗਾਤਾਰ, ਔਰ ਮੈਂ ਨਾਲ ਨਾਲ ਉੱਥੇ ਇੱਕ ਛੋਟੀ ਜਿਹੀ ਨੌਕਰੀ ਦੇ ਸਿਲਸਿਲੇ 'ਚ ਮੈਂ ਉੱਥੇ ਚਲਾ ਗਿਆ ਸੀ। ਮੈਂ ਜੋਬ ਵੀ ਕਰਦਾ ਰਿਹਾ ਔਰ ਨਾਲ ਨਾਲ ਮੈਂ ਪੜ੍ਹਦਾ ਰਿਹਾ, ਔਰ ਪੜ੍ਹਦਿਆਂ ਹੋਇਆਂ ਫਿਰ ਮੈਂ ਉੱਥੇ ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਐੱਮ ਫਿਲ ਕੀਤੀ, ਪੀ ਐੱਚ ਡੀ ਕੀਤੀ ਇਸੇ ਤਰ੍ਹਾਂ, ਔਰ ਪੀ ਐੱਚ ਡੀ ਮੇਰੀ ਥੀਏਟਰ ਦੇ ਵਿੱਚ, ਔਰ ਫਿਰ ਮੈਂ ਡਿਪਾਰਟਮੈਂਟ ਔਫ ਇੰਡੀਅਨ ਥੀਏਟਰ ਦੇ ਵਿੱਚ ਕਾਫੀ ਸਾਲ ਐਜ਼ ਏ ਗੈਸਟ ਪ੍ਰੋਫੈਸਰ ਵੀ ਪੜ੍ਹਾਉਂਦਾ ਰਿਹਾ ਅਤੇ ਫਿਰ ਪਰਮਾਨੈਂਟਲੀ ਮੈਂ ਡੀ ਏ ਵੀ ਕਾਲਜ ਦੇ ਵਿੱਚ 96 ਦੇ ਵਿੱਚ ਆ ਗਿਆ ਸੀ ਔਰ ਉੱਥੋਂ ਮੈਂ ਬਤੌਰ ਹੈੱਡ ਆਫ ਦਾ ਡਿਪਾਰਟਮੈਂਟ ਪੰਜਾਬੀ ਮੈਂ ਰਿਟਾਇਰ ਹਾਂ, ਔਰ ਉਹਦੇ ਨਾਲ ਨਾਲ ਹੀ ਮੈਂ ਲਗਾਤਾਰ ਮੇਰੀ ਤਕਰੀਬਨ 25 ਮੂਵੀ ਹੋਈ ਉਹ ਮੈਂ ਕਰਦਾ ਰਿਹਾ, ਔਰ ਦੋ ਹਿੰਦੀ ਮੂਵੀਜ਼ ਮਨ ਮਰਜ਼ੀਆਂ ਮੈਂ ਕੀਤੀ, ਕਾਫੀ ਵੱਡੀ ਮੂਵੀ ਹੋਈ, ਔਰ ਉੜਤਾ ਪੰਜਾਬ ਜੀ, ਉੜਤਾ ਪੰਜਾਬ 25 ਮੂਵੀ, ਔਰ ਵੈਲ ਐਜੂਕੇਟਡ ਪਰਸਨ ਨੇ ਮੇਰੇ ਨਾਲ ਔਰ ਅਸਿਸਟੈਂਟ ਪ੍ਰੋਫੈਸਰ ਵੀ ਰਹਿ ਚੁੱਕੇ ਨੇ। ਸੋ ਇੰਨੀਆਂ ਪ੍ਰਾਪਤੀਆਂ ਦੇ ਬਾਅਦ ਵੀ ਇਹਨਾਂ ਦਾ ਬੜਾ ਛੋਟਾ ਜਿਹਾ ਸਫ਼ਰ ਆ, ਸੋ ਹੋਰ ਇਹ ਸਫ਼ਰ ਨੂੰ ਡਿਸਕਲੋਜ਼ ਕਰਦੇ ਹਾਂ, ਹੋਰ ਗੱਲਾਂ ਬਾਤਾਂ ਕਰਦੇ ਹਾਂ। ਸਰ ਮੈਂ ਤੁਹਾਡੀ ਬੈਕ ਬਾਰੇ ਜਾਣਨਾ ਚਾਹਾਂਗੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੇਰਾ ਮਾਝੇ ਦਾ ਇਲਾਕਾ ਜੀ, ਸਰਹਾਲੀ ਦੇ ਨੇੜੇ ਮੇਰਾ ਇੱਕ ਛੋਟਾ ਜਿਹਾ ਪਿੰਡ ਆ ਸੁਹਾਵਾ ਜੀ। ਅਸੀਂ ਆਮ ਤੌਰ 'ਤੇ ਜਦੋਂ ਦੱਸਣਾ ਹੁੰਦਾ ਤਾਂ ਅਸੀਂ ਸਰਹਾਲੀ ਦਾ ਹੀ ਨਾਂ ਲੈਂਦੇ ਕਿਉਂਕਿ ਅਸੀਂ ਉੱਥੋਂ ਹੀ ਨਿਕਲ ਕੇ ਸਾਡਾ ਪਿੰਡ ਬਣਿਆ ਹੋਇਆ ਮਹਾਰਜਨਜੀਤ ਸਿੰਘ ਦੇ ਨੇੜੇ, ਅਤੇ ਅਜੇ ਵੀ ਸਾਡੇ ਉਹ ਪੱਤੀ ਦੇ ਨਾਲ ਜਿਹੜੇ ਨਾ ਰਿਸ਼ਤੇਦਾਰੀਆਂ ਉਸੇ ਤਰ੍ਹਾਂ ਹੀ ਆ ਸਾਰਾ, ਉਹ ਮਾਝੇ ਦੀ ਇੱਕ ਉਹਨੂੰ ਧੁੰਨੀ ਵੀ ਕਹਿ ਦਿੰਦੇ ਆ, ਸਾਡਾ ਆਲਾ ਦੁਆਲਾ ਅਸੀਂ ਸਾਰੇ 22 ਪਿੰਡ ਸੰਧੂ ਆਉਂਦੇ ਸੀ ਉੱਥੋਂ, ਅਤੇ ਮੈਂ ਉੱਥੇ ਹੀ ਪੜ੍ਹਿਆ ਵਾਂ, ਹਾਇਰ ਸੈਕੰਡਰੀ ਵਗੈਰਾ ਉੱਥੇ ਮੈਂ ਕੀਤੀ ਅਤੇ ਫਿਰ ਨੌਕਰੀ ਦੇ ਸਿਲਸਿਲੇ 'ਚ ਮੈਂ ਚੰਡੀਗੜ੍ਹ ਆ ਗਿਆ। ਬਿਲਕੁਲ ਜੀ, ਮਾਝੇ ਤੋਂ ਨਿਕਲ ਕੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇੰਨਾ ਆਪਣੇ ਆਪ ਨੂੰ ਉਸ ਫਿਲਮ ਇੰਡਸਟਰੀ ਦੇ ਵਿੱਚ ਇੰਨਾ ਨਾਂ ਕਮਾਉਣਾ ਚੜਾਏ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਪੈਦਾ ਕਰਦਾ ਹੈ। ਅੱਜ ਕੱਲ੍ਹ ਬਹੁਤ ਆਰਟਿਸਟ ਆ ਰਹੇ ਨੇ ਨਵੇਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਬਾਲੀਵੁੱਡ ਦੀਆਂ ਤੁਸੀਂ ਮੂਵੀਜ਼ ਕੀਤੀਆਂ ਬਾਲੀਵੁੱਡ ਦੇ ਵਿੱਚ, ਕਿੰਨਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਡਾ ਬਾਲੀਵੁੱਡ ਔਰ ਪੰਜਾਬੀ ਇੰਡਸਟਰੀ ਦੇ ਵਿੱਚ, ਕਿੰਨਾ ਕੁ ਡਿਫਰੈਂਸ ਹੈ? ਜੇ ਟੈਕਨੀਕਲੀ ਦੇਖਣਾ ਹੋਵੇ ਤਾਂ ਬਹੁਤ ਡਿਫਰੈਂਸ ਹੈ, ਕਿਉਂਕਿ ਜਿਹੜੀਆਂ ਇਹ ਹਿੰਦੀ ਮੂਵੀਜ਼ ਹੈਗੀਆਂ ਨਾ, ਖਾਸ ਤੌਰ 'ਤੇ ਬਾਲੀਵੁੱਡ ਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੇ ਡਿਸਿਪਲਿਨ ਔਰ ਉੱਥੇ ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਕਮਾਲ ਦਾ, ਅਸੀਂ ਅਜੇ ਪੰਜਾਬੀ ਮੂਵੀ ਵਾਲੇ ਜਿਹੜੇ ਆ ਉੱਥੋਂ ਤੱਕ ਨਹੀਂ ਪਹੁੰਚ ਸਕੇ, ਸਾਡੀ ਕੋਸ਼ਿਸ਼ ਹੈਗੀ ਆ। ਔਰ ਪਿੱਛੇ ਜੇ ਤਾਂ ਜਦੋਂ ਅੱਤਵਾਦ ਪੰਜਾਬ ਸੀ ਸਾਡਾ ਸਿਨੇਮਾ, ਉਦੋਂ ਨਜ਼ਰ ਵੀ ਨਹੀਂ ਸੀ ਆਉਂਦਾ, ਔਰ ਮੈਂ ਸਮਝਦਾ ਜੀ ਆਇਆਂ ਤੋਂ ਬਾਅਦ ਜੀ ਬਿਲਕੁਲ ਹਾਂ ਸਾਡਾ ਸਿਨੇਮਾ ਖੜ੍ਹਾ ਹੋਇਆ ਹੁਣ, ਔਰ ਫਿਰ ਇੱਕ ਦੌਰ ਆਇਆ ਜਦੋਂ ਕਿ ਕੌਮੇਡੀ ਫਿਲਮ ਚੱਲਣ ਲੱਗ ਪਈਆਂ, ਔਰ ਅੰਗਰੇਜ਼ ਤੋਂ ਬਾਅਦ ਫਿਰ ਇੱਕ ਅਸਟੈਬਲਿਸ਼ ਸਿਨੇਮਾ ਜਿਹੜਾ ਸਾਡੇ ਕੋਲ, ਜਿਹੜਾ ਪੁਰਾਤਨ ਪੰਜਾਬ ਜਾਂ ਉਸ ਨਾਲ ਸੰਬੰਧਿਤ ਜਿਹੜਾ ਹੈਗਾ ਵਾ, ਉਹਦੀ ਡਾਕੂਮੈਂਟੇਸ਼ਨ ਟਾਈਪ ਇਸ ਕਿਸਮ ਦਾ ਸਾਡੇ ਸਾਹਮਣੇ ਸਿਨੇਮਾ ਆਇਆ। ਔਰ ਮੋਸਟਲੀ ਜਿਵੇਂ ਰਾਜਸਥਾਨ 'ਚ ਹੁਣ ਆਪਾਂ ਬੈਠੇ ਹੋਏ ਹਾਂ ਗੰਗਾਨਗਰ ਦੇ ਨੇੜੇ, ਔਰ ਇਸੇ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਸ਼ੂਟਿੰਗ ਹੋ ਰਹੀਆਂ, ਔਰ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮੇ ਨੇ ਆਪਣੀ ਇੱਕ ਲਾਈਨ ਦੇ ਉੱਤੇ ਆ ਕੇ ਚੱਲ ਪਿਆ ਵਾ ਪੰਜਾਬੀ ਸਿਨੇਮਾ, ਪਰ ਅਜੇ ਵੀ ਸਾਨੂੰ ਟੈਕਨੀਕਲਿਟੀ ਜਾਂ ਪ੍ਰੋਡਕਸ਼ਨ ਦੇ ਵਿੱਚ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਸਾਨੂੰ ਅਜੇ ਕੈਪੇਬਲ ਹੋਣ ਲਈ ਸਮਾਂ ਲੱਗੇਗਾ, ਲੇਕਿਨ ਅਸੀਂ ਕਰ ਰਹੇ ਹਾਂ ਉਹਨੂੰ ਹੌਲੀ ਹੌਲੀ ਜੀ। ਬਿਲਕੁਲ, ਕਿਉਂਕਿ ਇੱਕ ਦੌਰ ਇੱਦਾਂ ਦਾ ਆ ਗਿਆ ਸੀ ਜਦੋਂ ਪੰਜਾਬੀ ਸਿਨੇਮਾ ਜਿਹੜਾ ਹੈ ਉਹ ਬਿਲਕੁਲ ਪੰਜਾਬੀ ਸਿਨੇਮਾ ਖਤਮ ਹੋ ਗਿਆ ਸੀ ਨਾ, ਜਦੋਂ ਹਰਭਜਨ ਮਾਨ ਜੀ ਔਰ ਮਨਮੋਹਨ ਸਿੰਘ ਜੀ ਨੇ ਮੂਵੀ ਸਟਾਰਟ ਕੀਤੀ, ਉਸ ਵਕਤ ਇੱਕ ਨਵਾਂ ਦੌਰ ਸ਼ੁਰੂ ਹੋਇਆ ਸੀ, ਜਿਹੜਾ ਉਹ ਦੌਰ ਜਿਹੜਾ ਹੈ ਹੁਣ ਚੱਲ ਰਿਹਾ ਹੈ। ਹੁਣ ਤੁਸੀਂ ਮੂਵੀ ਕਰ ਰਹੇ ਹੋ ਸਾਖ, ਅਤੇ ਸਾਖ ਮੂਵੀ ਦੇ ਕਰੈਕਟਰ ਬਾਰੇ ਮੈਂ ਜ਼ਰੂਰ ਜਾਣਨਾ ਚਾਹੁੰਦਾ। ਇਹਦੇ ਵਿੱਚ ਮੇਰਾ ਇੱਕ ਟਰਨਿੰਗ ਪੁਆਇੰਟ ਵਾਲਾ ਕਰੈਕਟਰ ਆ ਆਰਮੀ ਮੇਜਰ ਦਾ, ਔਰ ਜਿਹੜਾ ਮੁੰਡਾ ਵਾ ਇਹਦੇ ਵਿੱਚ ਸਾਡਾ ਹੀਰੋ ਆ ਜਿਹੜਾ ਹੈਗਾ ਉਹ ਫੌਜੀ ਆ, ਉਹ ਸਿਪਾਹੀ ਆ,
ਔਰ ਮੈਨੂੰ ਉਹਦੇ ਬਾਰੇ ਪਤਾ ਵਾ ਕਿਉਂਕਿ 71 ਦੀ ਜਿਹੜੀ ਵਾਰ ਹੈਗੀ ਆ ਉਹ ਆਲਮੋਸਟ ਡਿਕਲੇਅਰ ਹੀ ਹੋ ਚੁੱਕੀ ਆ, ਮਾਹੌਲ ਬਣ ਗਿਆ ਉਹਦਾ ਔਰ ਜੰਗ ਲੱਗਣ ਵਾਲੀ ਆ। ਛੁੱਟੀਆਂ ਕੈਂਸਲ ਹੋ ਗਈਆਂ, ਔਡਰ ਆ ਗਏ ਆ, ਜਿਹੜੇ ਜਿਹੜੇ ਫੌਜੀ ਘਰਾਂ ਨੂੰ ਗਏ ਸਾਰੇ ਵਾਪਸ ਆ ਗਏ। ਔਰ ਮੈਨੂੰ ਪਤਾ ਲੱਗਦਾ ਕਿ ਇੱਥੇ ਉਹ ਸੋਲਜਰ ਜਿਹੜਾ ਹੈਗਾ ਕਰਮ ਸਿੰਘ ਆ ਉਹਦਾ ਪਿੰਡ ਆ। ਫਿਰ ਮੈਨੂੰ ਪਤਾ ਲੱਗਦਾ ਕਿ ਵਿਆਹ ਹੋ ਰਿਹਾ ਉਹਦਾ, ਅਤੇ ਮੈਂ ਉਹਨੂੰ ਵਿਆਹ ਦੇ ਮੰਡਪ ਤੋਂ ਆ ਕੇ ਲੈ ਕੇ ਜਾਂਦਾ ਵਾਂ ਕਿ ਦੇਸ਼ ਸਭ ਤੋਂ ਪਹਿਲਾਂ, ਅਤੇ ਲਾਵਾਂ ਫੇਰੇ ਜਿਹੜੇ ਆ ਉਹ ਬਾਅਦ ਦੇ ਵਿੱਚ। ਅਤੇ ਉਹ ਇੱਕ ਐਸਾ ਟਰਨਿੰਗ ਪੁਆਇੰਟ ਆ ਕੇ ਉੱਥੇ ਭੇਦ ਖੁੱਲ੍ਹ ਜਾਂਦਾ ਵਾ ਕਿ ਉਹ ਸਿਪਾਹੀ ਆ ਫੌਜ ਦੇ ਵਿੱਚ, ਜਦਕਿ ਉਹਦਾ ਜਿਹੜਾ ਸਹੁਰਾ ਪੱਖ ਹੈਗਾ ਵਾ, ਸਹੁਰੇ ਨੇ ਉਹ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਜਵਾਈ ਹੋਵੇ ਉਹ ਫੌਜੀ ਹੋਵੇ। ਉਹ ਸਾਰੀ ਕਹਾਣੀ 'ਚੋਂ ਤੁਹਾਨੂੰ ਪਤਾ ਲੱਗੇਗਾ। ਉਹ ਮੇਰੀ ਇੱਕ ਐਂਟਰੀ ਇਸ ਕਿਸਮ ਦੀ ਹੈਗੀ ਆ, ਉਹ ਇੱਕ ਟਰਨਿੰਗ ਪੁਆਇੰਟ ਆ। ਉੱਥੇ ਮੇਰੇ ਖਾਸੇ ਡਾਇਲੋਗ ਨੇ, ਉੱਥੇ ਖਾਸੀਆਂ ਮੂਵਮੈਂਟਸ ਹੈਗੀਆਂ, ਉਹ ਤੁਹਾਨੂੰ ਦੇਖ ਕੇ ਮਜ਼ਾ ਆਊਗਾ ਕਿ ਉਹ ਵੈਲ ਇੱਕ ਆਰਮੀ ਮੇਜਰ ਜਿਹੜਾ ਹੈਗਾ ਉਹ ਤੁਹਾਨੂੰ ਲੱਗਦਾ ਕਿ ਕਮਾਲ ਦਾ ਕਰ, ਬੇਸ਼ੱਕ ਛੋਟਾ ਵਾ ਲੇਕਿਨ ਬਹੁਤ ਪਾਵਰਫੁਲ। ਬਹੁਤ ਮਤਲਬ ਇੱਕ ਤੁਹਾਡਾ ਕਰੈਕਟਰ ਜਿਹੜਾ ਬੜਾ ਛੋਟਾ ਹੈ ਪਰ ਬੜਾ ਪਾਵਰਫੁਲ, ਇੱਕ ਟਰਨਿੰਗ ਪੁਆਇੰਟ, ਇੱਕ ਪੂਰੀ ਮੂਵੀ ਨੂੰ ਘੁਮਾ ਕੇ ਰੱਖ ਦੇਣ ਵਾਲਾ ਕਰੈਕਟਰ ਹੈ। ਸਰ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹਾਂਗੀ, ਜਿਵੇਂ ਪੰਜਾਬੀ ਫਿਲਮ ਇੰਡਸਟਰੀ ਔਰ ਬਾਲੀਵੁੱਡ, ਜਿਵੇਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਆਰਟਿਸਟ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਜਿੰਨੀ ਮਿਹਨਤ ਕਰਦੇ ਹਾਂ ਮੂਵੀ ਦੇ ਲਈ ਸਾਨੂੰ ਓਨਾ ਮਿਹਨਤਾਨਾ ਜਿਹੜਾ ਹੈ ਓਨਾ ਮਿਹਨਤਾਨਾ ਨਹੀਂ ਮਿਲਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਮੈਂ ਉਹਦੇ ਲਈ ਹਾਂ। ਅਸਲ ਵਿੱਚ ਕੀ ਹੁੰਦਾ ਵਾ ਕਿ ਜਿਹੜੇ ਹਿੰਦੀ ਜਾਂ ਬਾਲੀਵੁੱਡ ਮੂਵੀ ਹੈਗੀ ਆ ਉਹਦੇ ਵਿੱਚ ਉਹ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੁੰਦੇ ਆ ਔਰ ਉਹ ਤੁਹਾਡੇ ਨਾਲ ਪਰ ਡੇ ਕਰਦੇ ਆ ਆਰਟਿਸਟ ਦੇ ਨਾਲ, ਔਰ ਉਹ ਸਿਰਫ ਜਿਹੜੇ ਮੇਨ ਆਰਟਿਸਟ ਨੂੰ ਛੱਡ ਕੇ ਜਿਹੜੇ ਨੰਬਰ 2 ਦੇ ਵਿੱਚ ਆਉਂਦੇ ਆ, ਕਿਉਂਕਿ 4-5 ਕਲੋਜ਼ ਹੁੰਦੀਆਂ ਆਰਟਿਸਟਾਂ ਦੀਆਂ, ਕਈ ਡੇਲੀ 'ਤੇ ਆਉਂਦੇ ਆ, ਕਿਸ ਤਰ੍ਹਾਂ ਆਉਂਦੇ ਆ। ਜਿਵੇਂ ਅਸੀਂ ਹੁਣ ਸੀਨੀਅਰਸ ਹੈਗੇ ਹਾਂ, ਅਸੀਂ ਨੰਬਰ 2 'ਤੇ ਹੀਰੋ ਹੀਰੋਇਨ ਤੋਂ ਬਾਅਦ ਦੇ ਜਿਹੜੇ ਹੈਗੇ ਕਰੈਕਟਰ ਐਕਟਰ ਉਹਨਾਂ ਦੇ ਵਿੱਚ ਹੁੰਦੇ ਹਾਂ, ਔਰ ਸਾਡੇ ਨਾਲ ਉਹ ਪਰ ਡੇ ਕਰਦੇ ਆ। ਮਤਲਬ ਕਿ ਜਿਵੇਂ ਹੁਣ ਮੈਂ 20,000 ਰੁਪਇਆ ਪਰ ਡੇ ਲੈ ਰਿਹਾ, 20,000 ਪਰ ਡੇ। ਇਸ ਤਰ੍ਹਾਂ ਮਹਾਂਵੀਰ ਜੀ ਹੈਗੇ ਉਹ ਜ਼ਿਆਦਾ ਲੈ ਰਿਹਾ, ਮਤਲਬ ਕਿ ਵੱਖ ਵੱਖ ਆਰਟਿਸਟ ਜਿੰਨੇ ਜਿੰਨੇ ਮਚੋਰ ਨੇ, ਜਿੰਨਾ ਜਿੰਨਾ ਉਹਨਾਂ ਦਾ ਨਾਮ ਆ, ਇਸ ਕਿਸਮ ਦਾ। ਪੰਜਾਬੀ ਵਿੱਚ ਉਹ ਤੁਹਾਨੂੰ ਉੱਕਾ ਪੁੱਕਾ ਹੀ ਦਿੰਦੇ, ਉੱਕਾ ਪੁੱਕਾ ਹੀ, ਮੰਨ ਲਓ 1,00,000, 2,00,000, 3,00,000 ਜਿੰਨਾ ਵੀ ਕਿਸੇ ਆਰਟਿਸਟ ਦਾ ਹੈਗਾ ਹੁੰਦਾ। ਜਦਕਿ ਸਾਡੇ 'ਚ ਮੇਨ ਜਿਹੜੇ ਹੈਗੇ ਹੀਰੋਇਨ ਨੇ ਉਹ ਉਹਨਾਂ ਕੋਲ ਉਹ ਜ਼ਿਆਦਾ ਪੈਸੇ ਬਹੁਤ ਜ਼ਿਆਦਾ, ਔਰ ਕਰੈਕਟਰ ਐਕਟਰ ਨੂੰ ਲੇਕਿਨ ਲੱਖਾਂ ਦੇ ਵਿੱਚ ਮਿਲਦੇ, ਉਹਨਾਂ ਨੂੰ ਕਰੋੜਾਂ ਦੇ ਵਿੱਚ ਮਿਲਦੇ। ਲੇਕਿਨ ਫਿਰ ਵੀ ਸਾਡੀ ਇੰਡਸਟਰੀ ਜਿਹੜੀ ਆ ਪੰਜਾਬੀ ਗਰੋ ਕਰ ਰਹੀ ਆ, ਇਹ ਥੋੜ੍ਹਾ ਜਿਹਾ ਸਾਡਾ ਉਹਨਾਂ ਨਾਲੋਂ ਡਿਫਰੈਂਸ ਹੈਗਾ। ਔਰ ਜਿਵੇਂ ਅੱਜ ਕੱਲ੍ਹ ਮੋਦੀ ਜੀ ਦੇ ਆਉਣ ਤੋਂ ਬਾਅਦ ਸਾਰਾ ਕੁਛ ਹੋ ਗਿਆ, ਤੁਹਾਡੇ ਸਾਹਮਣੇ ਓਪਨ ਹੀ ਹੈਗਾ, ਕੋਈ ਜੋ ਵੀ ਸਾਨੂੰ ਮਿਲਦਾ ਵਾ ਉਹਦਾ ਬਕਾਇਦਾ ਉਹਦਾ ਉਹ ਸਾਡੇ ਅਕਾਊਂਟਸ 'ਚ ਸਾਰਾ ਕੁਛ ਜਾਂਦਾ ਵਾ, ਔਰ ਉਹ ਜਿਹੜਾ TDS ਵਗੈਰਾ ਕੱਟ ਕੇ ਸਾਰਾ ਕੁਛ ਮਿਲਦਾ ਵਾ, ਉਹ ਸਾਰਾ ਕੁਛ ਓਪਨ ਹੀ ਹੁੰਦਾ ਵਾ, ਕੋਈ ਹੁਣ ਹਿਡਨ ਨਹੀਂ ਰਹਿ ਗਿਆ ਕੋਈ। ਸਰ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗੀ, ਜਿਵੇਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ, ਜਦੋਂ ਮੂਵੀਜ਼ ਦਾ ਦੌਰ ਨਵਾਂ ਦੌਰ ਸ਼ੁਰੂ ਹੋਇਆ ਉਦੋਂ ਕੀ ਸੀ, ਉਦੋਂ ਜਿਹੜੀਆਂ ਮੂਵੀਜ਼ ਆ ਰਹੀਆਂ ਸੀ ਉਹ ਸਾਰੀਆਂ ਮਤਲਬ ਅਬਰੋਡ ਨੂੰ ਲੈ ਕੇ ਸੀ, ਬਾਹਰ ਪ੍ਰਦੇਸਾਂ ਨੂੰ ਵਿਖਾਉਣ ਵਾਲੀਆਂ ਮੂਵੀਆਂ ਆ ਗਈਆਂ। ਉਸ ਤੋਂ ਬਾਅਦ ਇੱਕ ਦੌਰ ਚੱਲਿਆ ਕੋਮੇਡੀ ਮੂਵੀਜ਼ ਦਾ, ਉਸ ਤੋਂ ਬਾਅਦ ਇੱਕ ਦੌਰ ਚੱਲਿਆ ਸਾਰਾ ਵਿਆਹਾਂ ਦਾ, ਜਿਹੜੀ ਵੀ ਮੂਵੀ ਆ ਰਹੀ ਸੀ ਵਿਆਹਾਂ ਦੇ ਰਿਲੇਟਡ ਹੀ ਆਈ ਜਾ ਰਹੀ ਸੀ। ਹੁਣ ਇੱਕ ਦੌਰ ਚੱਲ ਰਿਹਾ ਪੁਰਾਣੇ ਸਮੇਂ ਨੂੰ ਵਿਖਾਉਣ ਦਾ, ਠੀਕ ਆ, ਹੁਣ ਉਹ ਦੌਰ ਚੱਲ ਰਿਹਾ ਹੈ। ਮਤਲਬ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਦੋਂ ਅਸੀਂ ਕੋਈ ਵੀ ਮੂਵੀ ਕੋਈ ਵੀ ਪੰਜਾਬੀ ਫਿਲਮ ਆਉਂਦੀ ਹੈ ਤਾਂ ਉਹ ਇੱਕ ਲਿਕੀ ਲਕੀਰ 'ਤੇ ਕਿਉਂ ਚੱਲੀ ਜਾ ਰਹੀ ਹੈ? ਡਾਇਰੈਕਟਰ ਅਲੱਗ ਹੈ, ਪ੍ਰੋਡਿਊਸਰ ਅਲੱਗ ਹੈ, ਸਟੋਰੀ ਰਾਈਟਰ ਅਲੱਗ ਹੈ, ਪਰ ਉਹ ਸਟੋਰੀ ਦਾ ਥੀਮ ਕਿਤੇ ਨਾ ਕਿਤੇ ਘੁਮਾ ਕੇ ਫਿਰ ਉੱਥੇ ਹੀ ਆ ਜਾਂਦਾ ਹੈ। ਐਕਚੁਅਲੀ ਕੀ ਹੁੰਦਾ ਵਾ, ਇਹ ਥੋੜ੍ਹੀ ਟੈਕਨੀਕਲਿਟੀ ਆ, ਜਿਹੜਾ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਹੈਗਾ ਉਹਨਾਂ ਦਾ ਮੇਨ ਜਿਹੜਾ ਮਕਸਦ ਹੁੰਦਾ ਵਾ ਕਿ ਫਿਲਮ ਹਿੱਟ ਹੋਵੇ, ਪੈਸੇ ਕਮਾਵੇ, ਠੀਕ ਆ ਜੀ, ਇਹ ਬਿਜ਼ਨਸ ਆ, ਠੀਕ ਆ। ਲੇਕਿਨ ਇਹ ਸ਼ੋਅ ਵਾਲਾ ਬਿਜ਼ਨਸ ਹੈਗਾ, ਕਲਚਰ ਨਾਲ ਰਿਲੇਟਡ ਬਿਜ਼ਨਸ ਹੈਗਾ ਵਾ, ਔਰ ਬਹੁਤ ਵਧੀਆ ਬਿਜ਼ਨਸ ਹੈਗਾ। ਲੇਕਿਨ ਕੋਈ ਵੀ ਨਹੀਂ ਚਾਹੂਗਾ ਕਿ ਉਹ ਘਰ ਖਾ ਕੇ ਤਮਾਸ਼ਾ ਦੇਖੇ, ਠੀਕ ਆ। ਹੁਣ ਮੰਨ ਲਓ ਜੇ ਇੱਕ ਜੀ ਆਇਆਂ ਨੂੰ ਹਿੱਟ ਹੋਈ ਔਰ ਜੀ ਆਇਆਂ ਤੋਂ ਬਾਅਦ ਉਸ ਕਿਸਮ ਦਾ ਟ੍ਰੈਂਡ ਆ ਗਿਆ ਕਿ ਫਿਲਮਾਂ ਫਟਾਫਟ ਬਣਾਓ, ਹਿੱਟ ਹੋ ਜੇ, ਠੀਕ ਆ ਜੀ, ਹਾਂਜੀ। ਅਤੇ ਉਸ ਤੋਂ ਬਾਅਦ ਕਾਮੇਡੀ ਫਿਲਮਾਂ ਜਿਸ ਵੇਲੇ ਆਈਆਂ ਅਤੇ ਤਕਰੀਬਨ ਉਹੀ ਦੌਰ ਸ਼ੁਰੂ ਹੋ ਗਿਆ, ਕਿਉਂਕਿ ਉਹ ਫਿਲਮਾਂ ਪੈਸੇ ਪੂਰੇ ਕਰਨ ਲੱਗ ਪਈਆਂ, ਫਿਲਮਾਂ ਹਿੱਟ ਹੋਣ ਲੱਗ ਪਈਆਂ, ਫਿਲਮਾਂ ਬਾਕਸ ਆਫਿਸ ਦੇ ਉੱਤੇ ਨਾਂ ਉਹਨਾਂ ਦਾ ਹੋ ਗਿਆ, ਠੀਕ ਆ ਜੀ। ਉਸ ਤੋਂ ਬਾਅਦ ਅੰਗਰੇਜ਼ ਆ ਗਈ, ਜਾਂ ਵਿੱਚ ਜਿਵੇਂ ਬੈਂਕ ਬੁਗਨੀ ਬਟੂਆ ਦੀ ਮੈਂ ਗੱਲ ਕੀਤੀ ਆ, ਮੈਂ ਉਹਦੇ ਵਿੱਚ ਇੱਕ ਕਰੈਕਟਰ ਪਲੇ ਕੀਤਾ ਮੌਂਗਾ ਸਾਹਿਬ ਦਾ। ਉੱਥੇ ਮੇਰੇ ਦਾੜੀ ਨਹੀਂ ਮੁੱਛਾਂ ਵਾਂ, ਅਤੇ ਅਸੀਂ ਇੱਕ ਗਲੀ ਦੇ ਲੋਕ ਹੈਗੇ ਹਾਂ, ਖਾਸ ਕਰਕੇ ਅਰੋੜੇ ਨੇ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਆ, ਅਤੇ ਉਹ ਮੈਂ ਆਪਣੇ ਬੇਟਾ ਜਿਹੜਾ ਮੇਰਾ ਮੈਂ ਉਹਨੂੰ ਪੜ੍ਹਾਇਆ, ਉਹਦੇ ਪੈਸੇ ਮੰਗਦਾ ਵੀ ਮੈਨੂੰ ਇੰਨੇ ਪੈਸੇ ਦਿਓ, ਬਿਲਕੁਲ ਤੁਸੀਂ ਬੇਟੇ ਦੀ ਬੋਲੀ ਲਗਾ ਰਹੇ ਹੋ, ਬੋਲੀ ਲਗਾ ਰਿਹਾ, ਹਾਂਜੀ। ਅਤੇ ਉਹ ਉਦੋਂ ਦਾ ਇਸ ਕਿਸਮ ਦਾ ਦੌਰ, ਉਹ ਨੋਟਬੰਦੀ ਤੋਂ ਬਾਅਦ ਇੱਕਦਮ ਉਹਨਾਂ ਨੇ ਉਸ ਸਬਜੈਕਟ ਨੂੰ ਕੈਚ ਕੀਤਾ ਕਿ ਲੋਕ ਨੋਟਬੰਦੀ ਤੋਂ ਹੈਗੇ ਜੀ। ਬੈਂਕ ਜਿਹੜੀ ਬੈਂਕ ਬਟੂਆ ਤੇ ਬੁਗਨੀ ਮੂਵੀ ਆਈ ਸੀ ਉਹਦਾ ਕਿਤੇ ਨਾ ਕਿਤੇ ਥੀਮ ਬਹੁਤ ਹਟ ਕੇ ਸੀ, ਕਿਉਂਕਿ ਉਹਦੇ ਵਿੱਚ ਦੋ ਸਟੋਰੀਆਂ ਨੂੰ ਮਿਕਸ ਕੀਤਾ ਸੀ, ਇੱਕ ਬਹੁਤ ਪੁਰਾਣਾ ਦੌਰ ਅਮਰਿੰਦਰ ਗਿੱਲ ਵਾਲਾ ਕਰੈਕਟਰ ਪਾਰਟ,
ਔਰ ਇੱਕ ਜਿਹੜਾ ਨਵਾਂ ਪਾਰਟ ਸੀ ਹਰੀਸ਼ ਵਰਮਾ ਜੀ ਵਾਲਾ ਪਾਰਟ, ਦੋਨੋਂ ਪਾਰਟ ਜਿਹੜੇ ਨੇ ਉਹ ਇੱਕ ਅਲੱਗ ਦੌਰ ਸ਼ੁਰੂ ਹੋਇਆ। ਉਹਦੇ ਨਾਲ ਬਾਅਦ ਹੁਣ ਜਿੰਨੇ ਵੀ ਪੁਰਾਣੀਆਂ ਮੂਵੀਜ਼, ਪੁਰਾਣਾ ਪੰਜਾਬ ਵਿਖਾਉਣਾ ਸ਼ੁਰੂ ਹੋ ਗਿਆ ਉਹ ਮੂਵੀਜ਼ ਦਾ ਆ ਗਿਆ। ਤੁਸੀਂ ਪੰਜਾਬੀ ਫਿਲਮ ਇੰਡਸਟਰੀ ਨੂੰ ਆਉਣ ਵਾਲੇ ਵਕਤ ਦੇ ਵਿੱਚ ਇੱਕ ਕਿੱਥੇ ਕੁ ਵੇਖਦੇ ਹੋ ਐਜ਼ ਏ ਆਰਟਿਸਟ? ਮੈਂ ਸਮਝਦਾ ਮਾਂ ਫਿਊਚਰ ਸਾਡਾ ਬਹੁਤ ਬ੍ਰਾਈਟ ਆ, ਕਿਉਂਕਿ ਅਸੀਂ ਵੱਖ ਵੱਖ ਸਬਜੈਕਟਸ ਲੈ ਰਹੇ ਹਾਂ, ਵੱਖ ਵੱਖ ਪੰਜਾਬ ਦੇ ਵਿੱਚ ਕਲਚਰ ਲਈ ਇੰਨਾ ਕੁਛ ਪਿਆ ਹੋਇਆ ਕਿ ਮੈਨੂੰ ਲੱਗਦਾ ਅਜੇ ਉਹ ਟੱਚ ਨਹੀਂ ਵਾਲਾ ਹੋਇਆ। ਲੇਕਿਨ ਮੈਨੂੰ ਲੱਗਦਾ ਕਿ ਹੌਲੀ 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 ਜਿਵੇਂ ਸਾਡੇ ਰਾਈਟਰ ਮੈਚਿਓਰ ਹੋ ਰਹੇ ਆ, ਹੁਣ ਭੱਜੋ ਵੀਰ ਹੋਵੇ, ਤੁਸੀਂ ਅੱਜ ਕੱਲ੍ਹ ਚੱਲ ਰਹੀ ਆ ਮੂਵੀ ਦੇਖੀ ਹੋਣੀ, ਉਹਦੇ ਵਿੱਚ ਉਹ ਲੋਕ ਆ ਜਿਹੜੇ ਪੰਜਾਬ ਦਾ ਇੱਕ ਉਹ ਦੌਰ ਸੀ ਪੁਰਾਣੇ ਸਮੇਂ ਦਾ ਜਦੋਂ ਚਾਰ ਪੰਜ ਭਰਾਵਾਂ ਵਿੱਚੋਂ ਇੱਕ ਦਾ ਵਿਆਹ ਹੁੰਦਾ ਸੀ ਔਰ ਉਹ ਔਰਤ ਨੂੰ ਤਰਸਦੇ ਹੋਏ ਮਰ ਜਾਂਦੇ ਸੀ, ਤਰਸਦੇ ਹੋਏ ਮਰ ਜਾਂਦੇ ਸੀ। ਚਾਹੇ ਕਿ ਘਰਾਂ ਵਿੱਚ ਇਸ ਕਿਸਮ ਦਾ ਸਿਸਟਮ ਵੀ ਹੁੰਦਾ ਸੀ ਕਿ ਤਕਰੀਬਨ ਸਾਰਿਆਂ ਦੇ ਬੱਚੇ ਹੁੰਦੇ ਸੀ ਇੱਕ ਔਰਤ ਦੇ ਨਾਲ ਸੰਬੰਧਾਂ ਦੇ ਵਿੱਚੋਂ, ਇਸ ਕਿਸਮ ਦਾ ਦੌਰ ਸੀ। ਉਹਦੇ ਵਿੱਚ ਉਹ ਲੋਕ ਵਿਖਾਏ ਆ ਜਿਹੜੇ ਵਿਆਹ ਤੋਂ ਰਹਿ ਜਾਂਦੇ ਆ, ਕਿਉਂਕਿ ਵਿਆਹ ਜੁੜਿਆ ਹੋਇਆ ਸੀ ਜਾਇਦਾਦ ਦੇ ਨਾਲ, ਜ਼ਮੀਨ ਦੇ ਨਾਲ। ਅਤੇ ਜੇ ਜ਼ਮੀਨ ਵੱਖ ਨਾ ਹੋ ਜੇ, ਜ਼ਮੀਨ ਬੜੀ ਥੋੜ੍ਹੀ ਆ, ਕਮਾਈ ਨਹੀਂ ਹੈਗੀ, ਜ਼ਮੀਨ ਨਾਲ ਜੁੜਨ ਕਰਕੇ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਨਾ ਉਹ ਛੜੇ ਰਹਿ ਜਾਂਦੇ। ਅਤੇ ਛੜਿਆਂ ਵਿੱਚ ਔਰਤ ਲਈ ਤਰਸ ਦੀ ਭਾਵਨਾ ਕਿਸ ਕਿਸਮ ਦੀ ਆ? ਜਿਵੇਂ ਉਹਦੇ 'ਚ ਇੱਕ ਡਾਇਲੋਗ ਹੈਗਾ ਕਿ ਹੇ ਬੱਸੇ ਤੇਰਾ ਕੱਖ ਨਾ ਰਹਿ, ਤੂੰ 40 ਜਨਾਨੀਆਂ ਮਾਰ ਦਿੱਤੀਆਂ। ਮਤਲਬ ਬੰਦਾ ਕਹਿੰਦਾ ਕਿ ਮਤਲਬ ਇਹ ਬੱਸੇ ਤੇਰਾ ਕੱਖ ਨਾ ਰਹਿ ਤੂੰ 40 ਜਨਾਨੀਆਂ, ਮਤਲਬ ਉਹਦੇ ਅੰਦਰ ਕਿੰਨੀ ਵੀ ਤੂੰ 40 ਜਨਾਨੀਆਂ ਮਾਰਦੇ, ਹੇ ਬੱਸੇ ਤੇਰਾ ਬੇੜਾ ਗਰਕ ਹੋ ਜੇ, ਉਹ ਭਾਵਨਾ। ਕਿਉਂਕਿ ਜੇ ਇਹਦੀ ਬੈਕਗਰਾਊਂਡ ਵਿੱਚ ਜਾਈਏ ਨਾ, ਅਤੇ ਤੁਸੀਂ ਸ਼ਾਇਦ ਇਸ ਗੱਲ ਤੋਂ ਨਹੀਂ ਸ਼ਾਇਦ ਅਵੇਅਰ ਹੋ ਗਏ ਕਿ ਇਹ ਜਿਹੜਾ ਸਾਡਾ ਖਿੱਤਾ ਹੈਗਾ ਨਾ, ਇਹ ਅਫਗਾਨਿਸਤਾਨ ਤੋਂ ਲੱਗ ਕੇ ਦਿੱਲੀ ਤੱਕ ਦਾ ਜਿਹੜਾ ਸਾਰੀ ਬੈਲਟ ਹੈਗੀ ਆ ਨਾ, ਇਹ ਸੈਕਸ ਸਟਾਰਵਡ ਲੋਕ ਨੇ। ਇਹ ਕਿਉਂ ਨੇ ਕਿ ਇੱਥੇ ਹਜ਼ਾਰਾਂ ਹਮਲੇ ਹੁੰਦੇ ਰਹੇ। ਇਹ ਤਕਰੀਬਨ ਸਿਕੰਦਰ ਤੋਂ ਅਬਦਾਲੀ ਤੱਕ 2,500 ਸਾਲ ਇੱਥੇ ਹਮਲੇ ਹੁੰਦੇ ਰਹੇ ਔਰ ਉਹਨਾਂ ਹਮਲਿਆਂ ਦੇ ਵਿੱਚ ਨਵੀਂ ਨਸਲ ਆ ਗਈ, ਪਹਿਲੇ ਐਸਟੈਬਲਿਸ਼ ਨੂੰ ਮਾਰਿਆ, ਔਰਤਾਂ ਦੇ ਕਬਜ਼ੇ ਕੀਤੇ, ਇੱਕ ਨਵੀਂ ਨਸਲ ਪੈਦਾ ਹੋ ਗਈ। ਇਸੇ ਕਰਕੇ ਇੱਥੋਂ ਦਾ ਜਿਹੜਾ ਕਲਚਰ ਹੈਗਾ ਨਾ, ਇਹ ਮਲਟੀਰੇਸ਼ੀਅਲ ਕਲਚਰ ਆ। ਸਾਡੇ ਵਿੱਚ ਸ਼ੱਕ, ਹਿਊਨ, ਮਗੋਲ, ਮੁਗਲ, ਗਰੀਕ, ਟਰਕਿਸ਼, ਪਤਾ ਨਹੀਂ ਕਿੰਨਿਆਂ ਦਾ ਬਲੱਡ ਹੈਗਾ। ਇਸੇ ਕਰਕੇ ਅਸੀਂ ਬੜੇ ਫਰਟਾਈਲ ਹਾਂ, ਬੜੇ ਤਕੜੇ ਹਾਂ, ਬੜੇ ਯੋਧੇ ਹਾਂ। ਅਤੇ ਉਹਦੇ ਵਿੱਚ ਸਭ ਤੋਂ ਸਫ਼ਰ ਕਿਹਨੇ ਕੀਤਾ? ਔਰਤ ਨੇ। ਔਰਤ ਨੇ ਕਿਉਂ ਸਫ਼ਰ ਕੀਤਾ? ਕਿ ਔਰਤ ਹੀ ਨਿਸ਼ਾਨਾ ਬਣਦੀ ਸੀ ਹਮੇਸ਼ਾ, ਹਰ ਵਾਰੀ ਔਰਤ ਹੀ ਪਿਸਦੀ ਰਹੀ ਆ, ਕੋਈ ਵੀ ਚੱਕੀ ਘੁੰਮ ਜਾਵੇ ਪਿਸਣਾ ਔਰਤ ਨੇ ਹੀ ਆ। ਔਰ ਤੁਸੀਂ ਹੈਰਾਨ ਹੋ ਗਏ, ਜਿਹੜਾ ਕੁੜੀ ਮਾਰਨ ਦਾ ਕਨਸੈਪਟ ਆ ਇਹ ਉਦੋਂ ਤੋਂ ਹੀ ਆ ਕਿ ਆਪਣੀ ਕੁੜੀ ਮਾਰ ਦਿਓ ਜੁਰਮਾਨਾ ਖੋ ਕੇ ਲੈ ਜਾਊਗਾ, ਠੀਕ ਆ। ਔਰ ਉਹਦੇ ਨਾਲ ਕੀ ਹੋਇਆ, ਔਰਤਾਂ ਦੀ ਗਿਣਤੀ ਇੰਨੀ ਘੱਟ ਗਈ ਕਿ ਜਿਹੜੇ ਲੋਕ ਹੈਗੇ ਉਹ ਔਰਤਾਂ ਲਈ ਤਰਸ ਗਏ, ਠੀਕ ਆ। ਅੱਜ ਵੀ ਤੁਸੀਂ ਦੇਖੋ ਕੁੜੀਆਂ ਨੂੰ ਮਾਰਨ ਦਾ ਚੱਲਣ ਜਿਵੇਂ ਬੜੀ ਮੁਸ਼ਕਲ ਨਾਲ ਹੁਣ ਸਰਕਾਰ ਕੰਟਰੋਲ ਕਰ ਰਹੀ ਜਿਵੇਂ ਕਾਬੂ ਕਰ ਰਹੀ, ਕਿਤੇ ਨਾ ਕਿਤੇ ਇਹੋ ਜਿਹਾ ਬਹੁਤ ਕੁਝ ਚੱਲਦਾ ਰਿਹਾ। ਜਦੋਂ ਲਿੰਗ ਵਗੈਰਾ ਪਤਾ ਲੱਗਦਾ ਸੀ ਮੁੰਡਾ ਹੋਏਗਾ ਕੁੜੀ ਹੋਏਗਾ, ਉਹੀ ਮਨ ਦੇ ਵਿੱਚ। ਤੁਸੀਂ ਦੇਖੋ ਇਹਨਾਂ ਗੱਲਾਂ ਦਾ ਪ੍ਰਭਾਵ ਬੰਦੇ ਦੀ ਜ਼ਿੰਦਗੀ 'ਤੇ ਹਰ ਪੱਖ 'ਤੇ ਪੈਂਦਾ, ਈਵਨ ਸਾਡੀ ਲੈਂਗੁਏਜ ਦੇ ਉੱਤੇ ਵੀ ਆ। ਤੁਸੀਂ ਹੁਣ ਸ਼ਾਇਦ ਤੁਹਾਨੂੰ ਨਹੀਂ ਪਤਾ ਜਾਂ ਤੁਹਾਨੂੰ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੀ ਜਿਹੜੀ ਪੰਜਾਬੀ ਸਕ੍ਰਿਪਟ ਆ ਊੜਾ ਐੜਾ ਈੜੀ, ਇਹਨੂੰ ਗੁਰਮੁਖੀ ਸਕ੍ਰਿਪਟ ਆਪਾਂ ਕਹਿੰਦੇ ਹਾਂ, ਠੀਕ ਹੈ ਜੀ। ਸਕ੍ਰਿਪਟ ਹੁੰਦੀ ਲਿਪੀ ਜਿਹਦੇ ਵਿੱਚ ਕੋਈ ਬੋਲੀ ਲਿਖੀ ਜਾਂਦੀ, ਇਸੇ ਤਰ੍ਹਾਂ ਪੰਜਾਬੀ ਉਰਦੂ ਅੱਖਰਾਂ 'ਚ ਵੀ ਲਿਖੀ ਜਾਂਦੀ ਜਿਹਨੂੰ ਸ਼ਾਹਮੁਖੀ ਕਹਿੰਦੇ ਹਾਂ, ਠੀਕ ਆ। ਹਾਂ, ਇਸ ਤਰ੍ਹਾਂ ਅੰਗਰੇਜ਼ੀ 'ਚ ਵੀ ਲਿਖੀ ਜਾਂਦੀ ਹੈ, ਜਿਸ ਤਰ੍ਹਾਂ ਆਪਾਂ ਮੈਸੇਜ ਕਰਦੇ ਇਹਨੂੰ ਰੋਮਨ, ਇਹ ਰੋਮਨ ਲਿਪੀ ਹੈਗੀ ਆ। ਔਰ ਜਿਹੜੀ ਸਾਡੀ ਸਕ੍ਰਿਪਟ ਗੁਰਮੁਖੀ ਹੈਗੀ ਨਾ, ਗੁਰਮੁਖੀ ਤਾਂ ਕਹਿੰਦੇ ਆ ਕਿ ਜਿਹੜੇ ਸੈਕਿੰਡ ਗੁਰੂ ਗੁਰੂ ਅੰਗਦ ਦੇਵ ਸੀ ਉਹਨਾਂ ਨੇ ਇਹਨਾਂ ਨੂੰ ਲਿਪੀਬੱਧ ਸੈੱਟ ਕੀਤਾ ਸੀ, ਇਹਨਾਂ ਨੂੰ ਉਹਨਾਂ ਕਰਕੇ ਇਹਨਾਂ ਨੂੰ ਤਰਤੀਬ ਆ ਗਈ। ਅਤੇ ਤੁਸੀਂ ਦੇਖੋ ਉਹਦੇ ਵਿੱਚ ਇਕੱਲੀ ਔਰਤ ਆ, ਈੜੀ, ਬਾਕੀ ਸਾਰੇ ਮਰਦ, ਬਿਲਕੁਲ ਸੋਚਣ ਵਾਲੀ ਗੱਲ, ਇੱਕੋ ਔਰਤ, ਬਾਕੀ ਸਾਰੇ ਮਰਦ। ਇਸੇ ਕਰਕੇ ਔਰਤ ਦੀ ਗਿਣਤੀ ਇੱਥੇ ਇੰਨੀ ਘੱਟ ਆ, ਔਰਤ ਸਫ਼ਰ ਕਰਦੀ ਰਹੀ। ਔਰ ਉਹ ਫਿਲਮ ਦਾ ਮਕਸਦ ਬੇਸ ਇਹੀ ਹੈਗਾ ਕਿ ਛੜੇ ਕਿਵੇਂ ਤਰਸਦੇ ਆ ਔਰਤ ਲਈ। ਸੋ ਇਹ ਵੱਖ ਵੱਖ ਤਰ੍ਹਾਂ ਦੇ ਸਬਜੈਕਟ ਜਿਹੜੇ ਪੰਜਾਬ ਦੀ ਧਰਤੀ ਦੇ, ਪੰਜਾਬ ਦੇ ਕਲਚਰ 'ਚ ਪਏ, ਉਹ ਹੌਲੀ ਹੌਲੀ ਆ ਰਹੇ ਨੇ। ਬਿਲਕੁਲ, ਜਿਵੇਂ ਹੁਣ ਤੁਹਾਡੀ ਸਾਥ ਮੂਵੀ, ਉਹਦੇ ਲਈ ਤੁਹਾਨੂੰ ਪੂਰੀ ਟੀਮ ਨੂੰ, ਸਾਡੀ ਪੂਰੀ ਟੀਮ ਦੇ ਵੱਲੋਂ ਬੈਸਟ ਵਿਸ਼ਸ ਨੇ। ਔਰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਸਾਥ ਮੂਵੀ ਬਹੁਤ ਹੀ ਰਿਸ਼ਤਿਆਂ ਦੀ ਖਟਾਸ ਮਿਠਾਸ, ਔਰ ਇੱਕ ਲੜਕੀ ਦੇ ਪਿਤਾ ਦੇ ਜੋ ਹਾਵ ਭਾਵ ਨੇ ਉਹਨਾਂ ਨੂੰ ਪ੍ਰਗਟਾਉਂਦੀ ਹੋਈ, ਬੜਾ ਟਵਿਸਟ ਹੈ ਵਿੱਚ, ਹਾਸਾ ਹੋਏਗਾ, ਮਜ਼ਾਕ ਹੋਏਗਾ, ਮਸਤੀ ਹੋਏਗੀ, ਖੁਸ਼ੀ ਹੋਏਗੀ, ਔਰ ਰਿਸ਼ਤਿਆਂ ਦਾ ਪ੍ਰੇਮ ਪਿਆਰ ਹੋਏਗਾ। ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਇਸ ਮੂਵੀ ਨੂੰ ਦੇਖਣਾ, ਇੰਜੋਏ ਕਰਨਾ। ਤੁਹਾਡੀ ਪੂਰੀ ਟੀਮ ਨੂੰ ਸਾਡੇ ਵੱਲੋਂ ਬੈਸਟ ਵਿਸ਼ਸ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਤੁਹਾਡਾ ਵੀ ਥੈਂਕ ਯੂ, ਤੁਸੀਂ ਸੈੱਟ 'ਤੇ ਆਏ ਔਰ ਗੱਲਬਾਤ ਕੀਤੀ, ਥੈਂਕ ਯੂ ਵੈਰੀ ਮਚ।